ਰਾਤ ਨੂੰ ਨਾ ਅੱਗ ਲੱਗ ਗਈ ਸੀ ਕੋਈ 1 ਕੁ ਵਜੇ, ਸਾਨੂੰ 1:30 ਕੁ ਵਜੇ ਪਤਾ ਲੱਗਾ ਸੀ। ਜਦੋਂ ਅਸੀਂ ਆਏ ਉਦੋਂ ਅੱਗ ਬਹੁਤ ਫੈਲ ਚੁੱਕੀ ਸੀ, ਅਤੇ ਜਦੋਂ ਅਸੀਂ ਦੇਖਿਆ ਤਾਂ ਅੱਗ ਨਾ ਉਹਨਾਂ ਨੇ ਦੇਖਣ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਮਿਲੇ ਨਹੀਂ। ਫਿਰ ਜਾ ਕੇ ਕੋਈ 2:30 ਕੁ ਵਜੇ ਇਹਨਾਂ ਦਾ ਪਤਾ ਲੱਗਾ ਕਿ ਉੱਪਰ ਹੈ। ਉਸ ਟਾਈਮ ਜਦੋਂ ਇਹਨਾਂ ਨੂੰ ਲੈ ਕੇ ਗਏ, ਇਹਨਾਂ ਦੀ ਡੈਥ ਹੋ ਚੁੱਕੀ। ਅੰਦਰ ਸੜ ਗਏ ਤੁਸੀਂ? ਨਹੀਂ ਸੜੇ ਨਹੀਂ, ਉੱਦਾਂ ਹੀ ਡਿੱਗ ਕੇ ਅਟੈਕ ਲਾ ਲਓ। ਨੁਕਸਾਨ ਲੱਖਾਂ ਦਾ ਹੀ ਹੈ ਜੀ, ਸਾਰਾ ਕੁਛ ਸੜ ਕੇ ਸਵਾਹ ਹੋ ਗਿਆ। ਇਹਨਾਂ ਦਾ ਕਰਿਆਨੇ ਦਾ ਉਹ ਗੋਦਾਮ ਬਣੇ ਦੇ ਨਾ, ਇਹਨਾਂ ਦਾ ਸਾਰੇ ਸਾਰਾ ਬਿਲਕੁਲ ਕੁਛ ਨਹੀਂ ਬਚਿਆ। ਇਹਨਾਂ ਦਾ 1 ਬੇਟਾ 2 ਬੇਟੀਆਂ। ਹਾਂ ਹਾਂ ਫੋਨ ਆਇਆ ਜੀ, ਇਹ ਕਰਿਆਨੇ ਦੀ ਦੁਕਾਨ ਸੀ, ਪਤਾ ਹੀ ਨਹੀਂ ਚੱਲਿਆ। ਕੱਲ੍ਹ ਰਾਤ ਨੂੰ 12 ਵਜੇ ਤੱਕ ਤਾਂ ਬਿਲਕੁਲ ਸਭ ਠੀਕ ਸੀ, ਇੱਕਦਮ ਹੀ ਲੋਕਾਂ ਨੇ ਦੱਸਿਆ ਕਿ ਅੱਗ ਲੱਗੀ ਉਹਨਾਂ ਨੇ। ਉਸ ਤੋਂ ਬਾਅਦ ਕਿਸੇ ਨੂੰ ਕੁਛ ਨਹੀਂ ਪਤਾ ਕੀ ਹੋਇਆ। ਕਰਿਆਨੇ ਦੀ ਦੁਕਾਨ ਹੈ। ਬੇਟਾ 2 ਬੇਟੀਆਂ ਮੈਰਿਡ ਹੈ ਸਾਰੇ, ਬੇਟੀ ਅੰਮ੍ਰਿਤਸਰ ਹੈ, ਇੱਕ ਇੱਥੇ ਬਟਾਲੇ ਧਰਮਪੁਰਾ ਕਲੋਨੀ ਹੈ। ਇਕੱਲੇ ਹੀ ਸੀਗੇ ਘਰ, ਵਾਈਫ ਦੀ ਡੈਥ ਹੋ ਗਈ ਸੀ ਇਹਨਾਂ ਦੇ, ਮੇਰੇ ਬੂਆ ਜੀ ਦੀ। 1 ਵਜੇ ਕਾਲ ਆ ਗਈ, 1 ਵਜੇ ਆਪਾਂ ਆ ਗਏ ਸੀ, ਬਟ ਫਾਇਰ ਬ੍ਰਿਗੇਡ ਵੀ ਆ ਗਈ ਸੀ, ਬਟ ਇੰਨਾ ਕੁ ਧੂੰਆਂ ਸੀ ਕਿ ਸਾਰੇ ਕਮਰੇ ਉੱਪਰ ਸਭ ਦਰਵਾਜ਼ੇ ਤੋੜ ਤਾੜ ਕੇ ਇਹ ਕਿਚਨ 'ਚ ਮਿਲੇ ਆ, ਕਿਚਨ 'ਚ ਗਿਰੇ ਪਏ। ਇਹਨਾਂ ਨੂੰ ਫੋਨ ਬੜੇ ਕੀਤੇ ਬਟ ਫੋਨ ਕੋਈ ਚੁੱਕਿਆ ਹੀ ਨਹੀਂ ਇਹਨਾਂ ਨੇ। ਤਹਿਲਕਾ ਨਿਊਜ਼ ਚੈਨਲ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਆਵਾਜ਼ ਆਵਾਮ ਦੀ, ਜਿਸ ਰਾਹੀਂ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹੋ। ਬੇਖੌਫ, ਬੇਝਿਜਕ, ਬੇਡਰ, ਤੁਹਾਡੇ ਹੱਕਾਂ ਦੀ ਰਾਖੀ ਲਈ ਹਰ ਪਲ ਹਰ ਵਕਤ ਤੁਹਾਡੇ ਨਾਲ, ਤੁਹਾਡੇ ਨਾਲ ਨਾਲ ਹੈ ਪੰਜਾਬ ਦਾ ਬੇਤੜਕ ਨਿਤੜਕ ਇੱਕ ਨਿਊਜ਼ ਚੈਨਲ ਤਹਿਲਕਾ ਨਿਊਜ਼, ਤਹਿਲਕਾ ਨਿਊਜ਼, ਤਹਿਲਕਾ ਨਿਊਜ਼।